ਮੈਂ ਬਿਲਡਿੰਗ ਲਾਈਨ ਦਾ ਕੰਮ ਕਰਦਾ ਸੀ ਤੇ ਨਾਲ ਸਾਡਾ ਡੇਰੀ ਫਾਰਮ ਹੈਗਾ ਜਿੱਥੇ ਅਸੀਂ ਦੁੱਧ ਪਨੀਰ ਕਾਫੀ ਚੀਜ਼ਾਂ ਆਈਟਮਾਂ ਸਾਡੇ ਬੰਦੀਆਂ ਹੈਗੀਆਂ ਮਗਰ ਮੈਨੂੰ ਫੂਡ ਲਾਈਨ ਦਾ ਸ਼ੌਂਕ ਹੈਗਾ ਸੀ ਇੱਕ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਟਿੱਕੀ ਚਾਟ ਦਾ ਕੰਮ ਇੱਕ ਸਰਦਾਰ ਬੰਦੇ ਬਹੁਤ ਘੱਟ ਕੰਮ ਕਰਦੇ ਨੇ ਦੋਸਤੋ ਫਿਰ ਜੁੜ ਚੁੱਕੇ ਹਾਂ ਚੈਨਲ ਰਾਹੀਂ ਅਤੇ ਭਾਅ ਜੀ ਅਸੀਂ ਸਾਨੀ ਢਾਬੇ ਨੂੰ ਤਾਂ ਕਵਰ ਕਰ ਚੁੱਕੇ ਹਾਂ ਜੀ ਬਹੁਤ ਵਧੀਆ ਤਾਲੀ ਸੀਗੀ ਅਤੇ ਹੁਣ ਦੱਸੋ ਕਿੱਥੇ ਆਇਆ ਹੈ ਮੈਨੂੰ ਦੱਸੋ ਭਾਅ ਜੀ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਸ਼ਾਮ ਦਾ ਟਾਈਮ ਜਿਹੜਾ ਹੁੰਦਾ ਉਹ ਲੇਡੀਜ਼ ਨਾਲ ਹੁੰਦਾ ਕਿਉਂਕਿ ਸਾਰੇ ਬੰਦੇ ਆਪਣੇ ਆਫਿਸਿਸ ਨੂੰ ਛੱਡ ਕੇ ਆਪਣੀ ਫੈਮਿਲੀ ਨਾਲ ਜਾਂਦੇ ਆ ਉਹ ਫੈਮਿਲੀ ਦੀ ਸਭ ਤੋਂ ਪਹਿਲੀ ਡਿਮਾਂਡ ਤੁਹਾਡੀ ਵਾਈਫ ਦੀ ਡਿਮਾਂਡ ਕੀ ਹੁੰਦੀ ਹੈ ਮੇਰੇ ਖਿਆਲ ਚਟਪਟਾ ਕੁਛ ਖਾਣਾ ਹਾਂ ਚਟਪਟੇ ਦੇ ਵੀ ਸਭ ਤੋਂ ਪਹਿਲੀ ਗੱਲ ਕੀ ਆਉਂਦੀ ਹੈ ਗੋਲ ਗੱਪਾ ਤੁਹਾਨੂੰ ਅੱਜ ਆਪਾਂ ਲੈ ਕੇ ਚੱਲਦੇ ਹਾਂ ਅੰਬਾਲਾ ਦੀ ਸਪੈਸ਼ਲ ਬਿੰਦਰਾ ਚਾਟ ਭੰਡਾਰ ਤੇ ਜਿੱਥੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਗੋਲ ਗੱਪੇ ਦੇ ਵਿੱਚ ਮਿਲਣਗੀਆਂ ਅਸੀਂ ਤਾਂ ਪਟਿਆਲੇ ਆਏ ਹਾਂ ਤੇ ਅੰਬਾਲਾ ਕਿੱਥੋਂ ਪਹੁੰਚ ਗਏ ਇਹ ਅੰਬਾਲਾ ਸਪੈਸ਼ਲ ਅਸੀਂ ਪਟਿਆਲੇ ਸ਼ਾਹੀ ਸ਼ਹਿਰ ਦੇ ਵਿੱਚ ਖੋਲਿਆ ਤੁਸੀਂ ਦੇਖੋਗੇ ਟੇਸਟ ਕਰੋਗੇ ਔਰ ਇਹਦਾ ਫਲੇਵਰ ਤੁਹਾਡੇ ਮੈਂ ਕਹਿੰਦਾ ਮੂੰਹ ਚੋਂ ਜਾਣਾ ਹੀ ਨਵੀਆਂ ਨਵੀਆਂ ਚੀਜ਼ਾਂ ਜਿਹੜੀ ਗੋਲ ਗੱਪੇ ਦੇ ਜਿਹੜੇ ਤੁਸੀਂ ਕਦੇ ਸੁਣਿਆ ਹੀ ਨਹੀਂ ਹੋਣੀਆਂ ਉਹ ਚੀਜ਼ਾਂ ਗੋਲ ਗੱਪੇ ਦੇ ਵਿੱਚ ਹਾਂਜੀ ਹਾਂਜੀ ਪੀਜ਼ਾ ਗੋਲ ਗੱਪਾ ਇੱਕ ਮੂੰਗ ਦਾਲ ਦਾ ਚਿੱਲਾ ਹੁੰਦਾ ਡੋਸੇ ਵਾਂਗ ਉਹਦਾ ਗੋਲ ਤੁਹਾਨੂੰ ਚਿੱਲਾ ਬਣਾ ਕੇ ਦੇਣਗੇ ਡੋਸੇ ਵਾਂਗੂ ਪੀਜ਼ਾ ਚਿੱਲਾ ਇਹ ਚੀਜ਼ਾਂ ਤੁਸੀਂ ਪਟਿਆਲੇ ਸ਼ਹਿਰ 'ਚ ਕਿਤੇ ਹੋਰ ਵੀ ਨਹੀਂ ਸੁਣੀਆਂ ਹੋਣੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਇੱਥੇ ਆ ਕੇ ਇਨਵੈਂਟ ਕੀਤੀਆਂ ਉਹਨਾਂ ਨੇ ਔਰ ਲੋਕਾਂ ਨੂੰ ਟੇਸਟ ਕਰਾਈਆਂ ਡਿਫਰੈਂਟ ਡਿਫਰੈਂਟ ਪਾਣੀ ਖਜੂਰ ਦਾ ਪਾਣੀ ਤੁਸੀਂ ਗ੍ਰੇਪਸ ਦਾ ਪਾਣੀ ਔਰ ਨਾਰੀਅਲ ਪਾਣੀ ਅਤੇ ਗੋਲ ਗੱਪੇ ਜਿਹੜੇ ਕਿ ਅੱਜ ਆਪਾਂ ਜ਼ਿੰਦਗੀ 'ਚ ਨਹੀਂ ਸੁਣੇ ਉਹ ਅੱਜ ਆਪਾਂ ਇੱਥੇ ਟੇਸਟ ਕਰਾਂਗੇ ਅਤੇ ਦੋਸਤੋ ਜ਼ਿਆਦਾ ਗੱਲਾਂ ਨਾ ਕਰੀਏ ਪਹਿਲਾਂ ਭਾਅ ਜੀ ਦੇ ਨਾਲ ਮੁਲਾਕਾਤ ਕਰਦੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਫਿਰ ਉਸ ਤੋਂ ਬਾਅਦ ਅਸੀਂ ਖੁਦ ਟੇਸਟ ਕਰਦੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਮਨਪ੍ਰੀਤ ਸਿੰਘ ਬਿੰਦਰਾ ਅੰਬਾਲਾ ਸਪੈਸ਼ਲ ਬਿੰਦਰਾ ਚਾਟ ਭੰਡਾਰ ਦਾ ਓਨਰ ਮੈਂ ਬਿਲਡਿੰਗ ਲਾਈਨ ਦਾ ਕੰਮ ਕਰਦਾ ਸੀ ਅਤੇ ਨਾਲ ਸਾਡਾ ਡੇਰੀ ਫਾਰਮ ਹੈਗਾ ਜਿੱਥੇ ਅਸੀਂ ਦੁੱਧ ਪਨੀਰ ਕਾਫੀ ਚੀਜ਼ਾਂ ਆਈਟਮਾਂ ਸਾਡੇ ਬੰਦੀਆਂ ਹੈਗੀਆਂ ਮਗਰ ਮੈਨੂੰ ਫੂਡ ਲਾਈਨ ਦਾ ਸ਼ੌਂਕ ਹੈਗਾ ਸੀ ਅਤੇ ਮੈਂ ਸਾਰੇ ਕੰਮ ਛੱਡ ਕੇ ਫੂਡ ਲਾਈਨ ਦੇ ਵਿੱਚ ਆਇਆ ਅਤੇ ਮੈਂ ਅਲੱਗ ਕੋਈ ਕੰਮ ਕਰਨਾ ਚਾਹੁੰਦਾ ਸੀ ਦੇਖ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਟਿੱਕੀ ਚਾਟ ਦਾ ਕੰਮ ਇੱਕ ਸਰਦਾਰ ਬੰਦੇ ਬਹੁਤ ਘੱਟ ਕੰਮ ਕਰਦੇ ਨੇ ਮਗਰ ਮੈਂ ਕੁਛ ਅਲੱਗ ਕਰਕੇ ਦੇਖਣਾ ਚਾਹੁੰਦਾ ਸੀ ਕਿ ਮੈਂ ਕਿਹੜੀ ਜਗ੍ਹਾ ਕੰਮ ਖੋਲ੍ਹਾਂ ਅਤੇ ਕਿਹੜੀ ਜਗ੍ਹਾ ਕੰਮ ਕਰਾਂ ਅਤੇ ਇਸ ਵਾਸਤੇ ਮੈਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਜੁੜਿਆ ਅਤੇ ਜਿੱਥੇ ਆ ਕੇ ਮੈਂ ਕੰਮ ਸ਼ੁਰੂ ਕੀਤਾ ਅਤੇ ਅੱਜ ਬਹੁਤ ਵਧੀਆ ਮੇਰੀ ਸ਼ੌਪ ਚੱਲਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪਟਿਆਲੇ ਸ਼ਹਿਰ ਤੋਂ ਨਾਭਾ ਗੇਟ ਪੁਰਾਣੀ ਦਾਣਾ ਮੰਡੀ ਧੋਬੀ ਕਾਰਡ ਭਾਸ਼ਾ ਵਿਭਾਗ ਦੀ ਬੈਕ ਗੇਟ ਤੋਂ ਬੋਲ ਰਿਹਾ ਅਤੇ ਇਹ ਕੰਮ ਜਿਹੜਾ ਬਿੰਦਰਾ ਚਾਟ ਭੰਡਾਰ ਸਪੈਸ਼ਲ ਅੰਬਾਲਾ ਇਹ ਮੇਰੇ ਬੇਟੇ ਨੇ ਇਸ ਜਗ੍ਹਾ ਦੇ ਉੱਤੇ ਤਕਰੀਬਨ 1 ਸਾਲ ਤੋਂ ਇੱਥੇ ਖੋਲ੍ਹੀ ਹੈ ਹਾਂਜੀ ਇਹ ਬਿਜ਼ਨਸ ਮੇਰੇ ਬੇਟੇ ਨੇ ਇੱਥੋਂ ਸ਼ੁਰੂ ਕੀਤਾ ਹੈ ਕਿਉਂਕਿ ਪਹਿਲਾਂ ਇਹਨਾਂ ਦਾ ਡੈਰੀ ਦਾ ਕੰਮ ਸੀਗਾ ਉਸ ਤੋਂ ਬਾਅਦ ਇਹ ਬਿਲਡਿੰਗ ਬਣਾਉਣ ਦਾ ਕੰਮ ਕਰਦੇ ਸੀਗੇ ਪਰ ਇਹਨਾਂ ਨੂੰ ਕੈਟਰਿੰਗ ਕੰਮ ਦਾ ਬੜਾ ਸ਼ੌਂਕ ਸੀਗਾ ਬੜੇ ਸ਼ੌਂਕ ਦੇ ਨਾਲ ਇਹ ਅੰਬਾਲੇ ਤੋਂ ਸਪੈਸ਼ਲ ਇੱਥੇ ਆਏ ਨੇ ਅਤੇ ਇੱਥੇ ਆ ਕੇ ਇਹਨਾਂ ਨੇ ਗੋਲ ਗੱਪੇ ਟਿੱਕੀ ਚਾਟ ਪੀਜ਼ਾ ਗੋਲ ਗੱਪਾ ਵੀ ਐਸੀਆਂ ਆਈਟਮਾਂ ਤਿਆਰ ਕੀਤੀਆਂ ਨੇ ਜਿਹੜੀਆਂ ਪਟਿਆਲੇ ਸ਼ਹਿਰ ਦੇ ਵਿੱਚ ਤਕਰੀਬਨ ਮੇਰੇ ਖਿਆਲ ਨਹੀਂ ਮਿਲਦੀਆਂ ਉਹ ਚੀਜ਼ਾਂ ਵੀ ਬਹੁਤ ਮੂੰਗ ਦਾਲ ਦਾ ਚੀਲਾ ਇੱਕ ਸਪੈਸ਼ਲ ਚੀਜ਼ ਸਾਡੀ ਬਣਦੀ ਹੈ ਅਤੇ ਉਹੋ ਜਿਹੀਆਂ ਚੀਜ਼ਾਂ ਇਹਨਾਂ ਨੇ ਤਿਆਰ ਕਰਕੇ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਕਿਉਂਕਿ ਸ਼ਹਿਰ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸ਼ਹਿਰ ਹੈ ਸ਼ਾਹੀ ਸ਼ਹਿਰ ਹੈ ਇੱਥੇ ਪਟਿਆਲੇ ਦੀ ਜੁੱਤੀ ਪੰਜਾਬੀ ਜੁੱਤੀ ਮਸ਼ਹੂਰ ਹੈ ਪੰਜਾਬੀ ਪਰਾਂਦੀ ਮਸ਼ਹੂਰ ਹੈ ਨਾੜੇ ਮਸ਼ਹੂਰ ਨੇ ਅਤੇ ਇਸੇ ਤਰੀਕੇ ਨਾਲ ਅੰਬਾਲੇ ਦੇ ਗੋਲ ਗੱਪੇ ਦੇ ਟਿੱਕੀ ਚਾਟ ਮਸ਼ਹੂਰ ਨੇ ਠੀਕ ਹੈ ਇੱਥੇ ਤੁਹਾਨੂੰ ਗੋਲ ਗੱਪੇ ਟਿੱਕੀ ਚਾਟ ਜ਼ਰੂਰ ਮਿਲਦਾ ਹੋਏਗਾ ਲੇਕਿਨ ਜੋ ਅੰਬਾਲੇ ਸ਼ਹਿਰ ਦੀ ਵਰਾਇਟੀ ਹੈ ਉਹ ਪਟਿਆਲੇ ਸ਼ਹਿਰ ਦੇ ਵਿੱਚ ਇੱਥੇ ਕਿਸੇ ਕੋਲ ਵੀ ਨਹੀਂ ਮਿਲਦੀ ਹੈਗੀ ਹੈ ਜਿਹੜੀ ਸਾਡੀ ਦੁਕਾਨ 'ਤੇ ਹਰ ਰੋਜ਼ਾਨਾ ਅਸੀਂ ਸਤਰੰਗੀ ਪਾਣੀ ਦੇ ਗੋਲ ਗੱਪੇ ਜਿਹੜੇ ਨੇ ਹਰ ਰੋਜ਼ਾਨਾ ਅਸੀਂ ਇੱਕ ਪਾਣੀ ਦਾ ਟੇਸਟ ਬਦਲਦੇ ਹਾਂ ਸਾਡੇ ਕੋਲ ਪਾਨਪੱਤਾ ਚਾਟ ਹੈ ਮੂੰਗ ਦਾਲ ਦਾ ਚੀਲਾ ਹੈ ਸਾਡੇ ਕੋਲ ਪੀਜ਼ਾ ਗੋਲ ਗੱਪਾ ਹੈ ਸਤਰੰਗੀ ਪਾਣੀ ਦੇ ਗੋਲ ਗੱਪੇ ਨੇ ਚਾਟ ਟਿੱਕੀ ਹੈ ਦੇਸੀ ਘਿਓ ਦੀ ਸਪੈਸ਼ਲ ਟਿੱਕੀ ਸਾਡੀ ਹੈ ਖਜੂਰ ਦਾ ਪਾਣੀ ਅੰਗੂਰ ਦਾ ਪਾਣੀ ਮੈਂਗੋ ਦਾ ਪਾਣੀ ਅਤੇ ਵੱਖ ਵੱਖ ਫਲੇਵਰ ਅਸੀਂ ਬਣਾਉਂਦੇ ਹਾਂ ਪਾਣੀ ਦੇ
ਸਰ ਪਹਿਲੀ ਗੱਲ ਤਾਂ ਅਸੀਂ ਸਾਰਾ ਪਾਣੀ ਫਿਲਟਰ ਦਾ ਯੂਜ਼ ਕਰਦੇ ਹਾਂ ਅਸੀਂ ਰੋਜ਼ ਹੀ ਡੇਲੀ ਫਰੂਟ ਫਲੇਵਰ ਬਣਾਈਦਾ ਅਤੇ ਅਸੀਂ ਉੱਥੇ ਕੋਈ ਸੈਂਸ ਦਾ ਕੋਈ ਪ੍ਰਯੋਗ ਨਹੀਂ ਕਰਦੇ ਜਿਵੇਂ ਕਿ ਖਜੂਰ ਦਾ ਪਾਣੀ ਨਾਰੀਅਲ ਦਾ ਪਾਣੀ ਬਲੈਕ ਗ੍ਰੇਪਸ ਦਾ ਪਾਣੀ ਸਾਰਾ ਪਾਣੀ ਸੀਜ਼ਨ ਦੇ ਅਕੋਰਡਿੰਗ ਬਣਦਾ ਵੇ ਹੁਣ ਮੈਂਗੋ ਇਸ ਟਾਈਮ ਮੈਂਗੋ ਨਹੀਂ ਹੈਗੇ ਤਾਂ ਮੈਂਗੋ ਦਾ ਪਾਣੀ ਨਹੀਂ ਬਣਦਾ ਠੀਕ ਹੈ ਪਾਈਨਐਪਲ ਵੀ ਪਾਈਨਐਪਲ ਦਾ ਪਾਣੀ ਗਵਾਵਾ ਇਹ ਸਾਰੇ ਫਲੇਵਰ ਇੱਕ ਇੱਕ ਡੇ ਬਾਈ ਡੇ ਬਣਦੇ ਹੈਗੇ ਆ ਜਿਹੜਾ ਕੋਈ ਫਿਕਸ ਨਹੀਂ ਹੈ ਜਿਹੜਾ ਅਸੀਂ ਜਾਈਦਾ ਅਤੇ ਸਾਨੂੰ ਲੱਗਦਾ ਕਿ ਜਿਹੜਾ ਫੂਡ ਸਾਨੂੰ ਵਧੀਆ ਫਰੈਸ਼ ਮਿਲਦਾ ਅਸੀਂ ਉਹ ਲੈ ਕੇ ਆਈਦਾ ਅਤੇ ਉਹਦਾ ਪਾਣੀ ਬਣਾਈਦਾ ਅਸੀਂ ਪਟਿਆਲਾ ਸ਼ਹਿਰ ਨਿਵਾਸੀਆਂ ਨੂੰ ਅਤੇ ਹੋਰ ਵੀ ਸ਼ਹਿਰਾਂ ਦੇ ਵਿੱਚ ਸਾਡਾ ਵਿਆਹ ਸ਼ਾਦੀਆਂ ਦੇ ਵਾਸਤੇ ਵੀ ਬਹੁਤ ਵਧੀਆ ਚਾਟ ਟਿੱਕੀ ਗੋਲਗੱਪੇ ਦਾ ਜਿਹੜਾ ਪ੍ਰੋਗਰਾਮ ਹੈਗਾ ਅਸੀਂ ਬਹੁਤ ਵਧੀਆ ਅੱਛੇ ਸਟਾਲ ਲਗਾ ਕੇ ਅੱਛੀ ਬੁਕਰ ਵਰਾਇਟੀ ਦੇ ਕੇ ਲੋਕਾਂ ਨੂੰ ਇਸ ਚੀਜ਼ ਦਾ ਪੂਰਾ ਟੇਸਟ ਦਿੰਦੇ ਹਾਂ ਸਾਡੀ ਦੁਕਾਨ 'ਤੇ ਇੱਕ ਵਾਰੀ ਜ਼ਰੂਰ ਆਓ ਖਾਓ ਦੇਖੋ ਫਿਰ ਵਿਆਹ ਸ਼ਾਦੀਆਂ ਪਾਰਟੀਆਂ ਦੀ ਬੁਕਿੰਗ ਕਰਾਓ ਬੇਸਿਕਲੀ ਜਿਹੜੀ ਦੋਸਤੋ ਗੋਲਗੱਪਾ ਜਿਹੜੀ ਚੀਜ਼ ਹੈਗੀ ਹੈ ਲੇਡੀਜ਼ ਮੋਸਟ ਫੇਵਰੇਟ ਚੀਜ਼ ਹੈਗੀ ਅਤੇ ਸਭ ਤੋਂ ਪਹਿਲਾਂ ਤਾਂ ਲੇਡੀਜ਼ ਦੇ ਰਿਵਿਊ ਲੈਂਦੇ ਹਾਂ ਕਿ ਕਿੱਦਾਂ ਦੇ ਲੱਗਦੇ ਇਹਨਾਂ ਨੂੰ ਗੋਲਗੱਪੇ ਫਿਰ ਅਸੀਂ ਟੇਸਟ ਕਰਾਂਗੇ ਅਤੇ ਮੈਡਮ ਤੋਂ ਸ਼ੁਰੂਆਤ ਕਰਦੇ ਮੈਮ ਟੇਸਟ ਕਰੋ ਅਤੇ ਮੈਮ ਕਿੱਦਾਂ ਦੇ ਲੱਗੇ ਬਹੁਤ ਅੱਛੇ ਨਾਈਸ ਫਿਰ ਮੋਸਟ ਪਹਿਲਾਂ ਚੀਜ਼ ਦਾ ਫਲੇਵਰ ਆਇਆ ਕਿ ਨਹੀਂ ਬਹੁਤ ਜ਼ਿਆਦਾ ਬਹੁਤ ਅੱਛਾ ਮੈਡਮ ਕਿਆ ਨਹੀਂ ਠੀਕ ਹੈ ਅਤੇ ਮੈਮ ਤੁਹਾਨੂੰ ਹਾਂਜੀ ਬਹੁਤ ਅੱਛੀ ਲੱਗੀ ਬਾਟਾ ਇਹਨੂੰ ਕਈ ਬਾਟਾ ਵੀ ਕਹਿੰਦੇ ਨੇ ਤੇ ਕਈ ਇਹਨੂੰ ਕਹਿੰਦੇ ਨੇ ਕੀ ਕਹਿੰਦੇ ਆ ਕੜਾਹਾ ਤੇ ਦੋਸਤੋ ਇਸ ਕੜਾਹੇ ਵਿੱਚ ਸਟਫਿੰਗ ਤਿਆਰ ਹੋ ਰਹੀ ਹੈ ਗੋਲ ਗੱਪੇ ਵਾਸਤੇ ਜਿਹਦੇ ਵਿੱਚ ਇਹਨਾਂ ਨੇ ਪੀਜ਼ਾ ਸੌਸ ਪਾਈ ਹੈ ਅਤੇ ਨਾਲ ਕੁਛ ਵਿੱਚ ਹੋਰ ਸੌਸਿਸ ਪਾਈਆਂ ਅਤੇ ਨਾਲ ਚੋ ਵੈਜੀਟੇਬਲ ਪਾਈਆਂ ਅਤੇ ਇਸ ਤੋਂ ਬਾਅਦ ਇਹ ਸਟਫਿੰਗ ਤਿਆਰ ਕਰਨ ਤੋਂ ਬਾਅਦ ਗੋਲ ਗੱਪੇ ਵਿੱਚ ਫਿੱਲ ਹੋਣੀਆਂ ਲੋ ਜੀ ਦੋਸਤੋ ਸਟਫਿੰਗ ਹੋ ਚੁੱਕੀ ਗੋਲ ਗੱਪੇ ਅਤੇ ਮੇਰਾ ਫੇਵਰੇਟ ਇਹਦੇ 'ਤੇ ਮੋਜ਼ਰੇਲਾ ਚੀਜ਼ ਆ ਗਿਆ ਕਿਆ ਬਾਤ ਹੈ ਕਿਆ ਬਾਤ ਹੈ ਯਾਰ ਮੂੰਹ 'ਚ ਪਾਣੀ ਲਿਆਉਣ ਦਾ ਯਾਰ ਉਹ ਬੱਲੇ 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 ਯਾਰ ਕਿਆ ਬਾਤ ਹੈ ਜੀ ਉਹ ਬੱਲੇ 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 ਸਾਡਾ ਮੋਜ਼ਰੇਲਾ ਚੀਜ਼ ਅਤੇ ਹੁਣ ਮੇਨ ਪਾਰਟ ਇਸ ਬਾਤ ਆਉਂਦਾ ਜੀ ਇਹਨੂੰ ਭੁੰਨਣ ਦਾ ਯਾਰ ਕਿਆ ਬਾਤ ਹੈ ਜੀ ਫਾਇਰ ਐਕਸਟਿੰਗੁਇਸ਼ ਦੇ ਨਾਲ ਜੋ ਭੁੰਨਦਾ ਇਹਨੂੰ ਜੋ ਅੰਦਾਜ਼ਾ ਕਮਾਲ ਦਾ ਹੀ ਹੈ ਜੀ ਉਹ ਬੱਲੇ 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 ਕਿਆ ਬਾਤ ਹੈ ਜੀ ਇੱਕਦਮ ਚੀਜ਼ ਮੈਲਟ ਹੋ ਗਿਆ ਅਤੇ ਯਾਰ ਕਿਆ ਬਾਤ ਹੈ ਦੇਖਣ 'ਚ ਬਹੁਤ ਵਧੀਆ ਲੱਗ ਰਿਹਾ ਅਤੇ ਦੋਸਤ ਹੁਣ ਵਾਰੀ ਹੈ ਇਹਨੂੰ ਚਟਪਟਾ ਬਣਾਉਣ ਦੀ ਮਤਲਬ ਕਿ ਇਹਦੇ ਉੱਤੇ ਹੁਣ ਮਸਾਲੇ ਪੈਣੇ ਨੇ ਵੱਖ ਵੱਖ ਤਰ੍ਹਾਂ ਦੇ ਦੋਸਤੋ ਕਮੈਂਟ ਕਰੋ ਜੇ ਤੁਹਾਡੇ ਵਿੱਚੋਂ ਕਿਸੇ ਨੇ ਇਸ ਤਰ੍ਹਾਂ ਦੇ ਗੋਲ ਗੱਪੇ ਖਾਧੇ ਆ ਜੇ ਖਾਧੇ ਆ ਤਾਂ ਵੀ ਕਮੈਂਟ ਕਰੋ ਜੇ ਨਹੀਂ ਖਾਧੇ ਤਾਂ ਵੀ ਕਮੈਂਟ ਜ਼ਰੂਰ ਕਰੋ ਅਤੇ ਵਿਜ਼ਿਟ ਇਸ ਦੁਕਾਨ 'ਤੇ ਜ਼ਰੂਰ ਬਣਦਾ ਇੱਕ ਵਾਰ ਅਤੇ ਆਓ ਇਸ ਤੋਂ ਬਾਅਦ ਇਹਨੂੰ ਹੁਣ ਖਾ ਕੇ ਰਿਵਿਊ ਦਿੰਦੇ ਹਾਂ ਤੁਹਾਨੂੰ ਇਹਦਾ ਦੱਸਦੇ ਹਾਂ ਟੇਸਟ ਕੀ ਆ ਕਰਦੇ ਇਹਨਾਂ ਦਾ ਜੀ ਆਹ ਦੇਖੋ ਜੀ ਯੰਮੀ ਯੰਮੀ ਪੀਜ਼ਾ ਗੋਲ ਗੱਪਾ ਚੈੱਕ ਯਾਰ ਵਾਕਈ ਯਾਰ ਚੀਜ਼ ਦਾ ਫਲੇਵਰ ਕਮਾਲ ਦਾ ਅਤੇ ਨਾਲ ਜੋ ਪੀਜ਼ੇ ਵਰਗਾ ਜੋ ਟੇਸਟ ਆ ਰਿਹਾ ਨਾ ਗੋਲ ਗੱਪੇ ਵਾਕਈ ਇੱਕ ਫੀਲ ਨਹੀਂ ਆ ਰਹੀ ਕਿ ਇੱਦਾਂ ਲੱਗ ਰਿਹਾ ਬਿਲਕੁਲ ਪੀਜ਼ਾ ਖਾ ਰਹੇ ਹਾਂ ਯੂਨੀਕ ਆਈਟਮ ਵਿੱਚ ਵੈਜੀਟੇਬਲ ਵਿੱਚ ਗੱਲ ਕੀਤੀ ਆ ਸਵੀਟ ਕੋਰਨ ਨਾਲ ਇਹਨਾਂ ਨੇ ਪਾਈ ਆ ਇਹਨੂੰ ਕੀ ਕਹਿੰਦੇ ਆ ਹਾਂ ਹਰੀ ਸ਼ਿਮਲਾ ਮਿਰਚ ਅਤੇ ਨਾਲ ਵਿੱਚ ਪਾਈ ਇਹਨਾਂ ਨੇ ਪਨੀਰ ਪਾਇਆ ਫਸਟ ਵਾਰ ਮੈਂ ਟਰਾਈ ਕੀਤੇ ਇੱਥੇ ਅਤੇ ਮੈਂ ਉਦਾਂ ਕਦੀ ਬੇਸਿਕਲੀ ਜਲੰਧਰ ਵਿੱਚ ਜਾਂ ਕਿਤੇ ਦੇਖੇ ਨਹੀਂ ਹੈਗੇ ਅਤੇ ਬਹੁਤ ਵਧੀਆ ਟੇਸਟ ਆ ਅਤੇ ਇਸ ਵਕਤ ਅਸੀਂ ਟਰਾਈ ਕਰਾਂਗੇ ਜੀ ਸਰ ਕੀ ਖਿਲਾ ਰਹੇ ਹੋ ਮੂੰਗ ਦਾਲ ਪੀਜ਼ਾ ਚਿੱਲਾ ਮੂੰਗ ਦਾਲ ਚੀਜ਼ ਪੀਲਾ ਕੀ ਪੀਜ਼ਾ ਚਿੱਲਾ ਪੀਜ਼ਾ ਚਿੱਲਾ ਦੋਸਤੋ ਪੈ ਗਈ ਹੈ ਬਾਰਿਸ਼ ਅਤੇ ਵੇਟ ਕਰਦੇ ਹੋਏ ਸੀ ਕੁਛ ਗਰਮ ਖਾਣ ਨੂੰ ਬਟ ਆ ਗਿਆ ਠੰਡਾ ਖਾਣ ਨੂੰ ਕੁਛ ਅਤੇ ਹੈਗਾ ਜੀ ਰਤਨ ਖਜ਼ਾਨਾ ਇਹਨਾਂ ਦਾ ਆਹ ਦੇਖੋ ਮਟਕੀ ਵਿੱਚ ਇਹਨਾਂ ਦੀ ਪ੍ਰੈਜੈਂਟੇਸ਼ਨ ਹੈਗੀ ਦਹੀਂ ਤੋਂ ਬਣਦੀ ਹੈ ਚੀਜ਼ ਬਟ ਦਹੀਂ ਨਹੀਂ ਹੈਗਾ ਜੀ ਦਹੀਂ ਤੋਂ ਇਹਨੂੰ ਕੁਛ ਸਪੈਸ਼ਲ ਤਿਆਰ ਕੀਤਾ ਜਾਂਦਾ ਅਤੇ ਰਬੜੀ ਕਹਿ ਸਕਦੇ ਬਟ ਰਬੜੀ ਵੀ ਨਹੀਂ ਹੈਗੀ ਅਤੇ ਕੁਛ ਅਲੱਗ ਹੀ ਚੀਜ਼ ਆ ਮੈਂ ਵੀ ਫਸਟ ਟਾਈਮ ਟੇਸਟ ਕਰ ਰਿਹਾ ਅਤੇ ਅਨਬੋਕਸਿੰਗ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਟੇਸਟ ਕਰਦੇ
ਆਹ ਦੇਖੋ ਜੀ ਥੋੜੀ ਨਾ ਜੰਮ ਗਈ ਸੀਗੀ ਥੋੜੀ ਬਰਫ ਵਿੱਚ ਹੋਣ ਕਰਕੇ ਤੇ ਆਹ ਦੇਖੋ ਜੀ ਇਹਦੇ ਵਿੱਚ ਅਨਾਰ ਪਏ ਹੋਏ ਆ ਜੀ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਡਰਾਈ ਫਰੂਟਸ ਮੈਂ ਕਿਹਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਜੋ ਡਰਾਈ ਫਰੂਟ ਕਰਕੇ ਇਹਦਾ ਟੇਸਟ ਹੈਗਾ ਤੇ ਜੋ ਵਿੱਚ ਨਾ ਐਸ ਦਹੀਂ ਨਾ ਜੋ ਇਹਨਾਂ ਨੇ ਸਪੈਸ਼ਲ ਜੋ ਚੀਜ਼ ਇਹਨਾਂ ਨੇ ਕਾਟ ਕਰਕੇ ਬਣਾਈ ਹੈ ਕਮਾਲ ਦੀ ਆ ਜੀ ਦੋਸਤੋ ਜਿਹੜੀ ਤਵੇ 'ਤੇ ਹੁਣ ਚੀਜ਼ ਬਣਦੀ ਪਈ ਆ ਉਹ ਤੁਸੀਂ ਅਕਸਰ ਵਿਆਹਾਂ ਵਿੱਚ ਜ਼ਰੂਰ ਖਾਧੀ ਹੋਊਗੀ ਜੇ ਤੁਸੀਂ ਖਾਧੀ ਹੈ ਤਾਂ ਤੁਸੀਂ ਪਸੰਦ ਵੀ ਕਰਦੇ ਹੋਵੋਗੇ ਅਤੇ ਦੋਸਤੋ ਇਹਦਾ ਨਾਮ ਹੈਗਾ ਜੀ ਮੂੰਗ ਦੀ ਦਾਲ ਦਾ ਚਿੱਲਾ ਅਤੇ ਦੋਸਤੋ ਤੁਹਾਨੂੰ ਪ੍ਰੈਪਰੇਸ਼ਨ ਦੱਸਣਾ ਚਾਹਾਂਗੇ ਬਿਲਕੁਲ ਸਿੰਪਲ ਹੈਗੀ ਜਿਵੇਂ ਕਿ ਅਸੀਂ ਡੋਸਾ ਬਣਾਉਂਦੇ ਹਾਂ ਅਤੇ ਬਸ ਡੋਸੇ ਵਾਂਗੂ ਹੀ ਇਹਨੂੰ ਤਿਆਰ ਕਰਨਾ ਪਰ ਇਹਦੇ ਵਿੱਚ ਫਰਕ ਇੰਨਾ ਹੈ ਮੂੰਗ ਦੀ ਦਾਲ ਦੇ ਨਾਲ ਇਹਨੂੰ ਤਿਆਰ ਕੀਤਾ ਜਾਂਦਾ ਅਤੇ ਦੋਸਤੋ ਤੁਹਾਨੂੰ ਜਿਵੇਂ ਪਤਾ ਹੀ ਹੈ ਇੰਡੀਅਨ ਜੁਗਾੜੀ ਹੁੰਦੇ ਨੇ ਅਤੇ ਐਵੇਂ ਇੱਕ ਜੁਗਾੜ ਕਰਕੇ ਭਾਅ ਜੀ ਨੇ ਬੜੀ ਨਵੀਂ ਚੀਜ਼ ਬਣਾਈ ਉਹ ਹੈਗੀ ਆ ਪੀਜ਼ਾ ਚਿੱਲਾ ਓਹੋ ਹੋ ਕਿਆ ਬਾਤ ਹੈ ਜੀ ਦੋਸਤੋ ਦੋਨੋਂ ਪਾਸੋਂ ਦੀ ਇਸ ਚਿੱਲੇ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਪਕਾ ਲਿਆ ਜੀ ਮੈਂ ਕਿਹਾ ਗਰਮ ਕਰਨ ਦਾ ਅੰਦਾਜ਼ ਹੀ ਬੜਾ ਵੱਖਰਾ ਹੈ ਅਤੇ ਇਹਨਾਂ ਜੀ ਲਾਜ਼ਮ ਲਵਾਬ ਮੈਂ ਕਿਹਾ ਕਮਾਲਮ ਕਮਾਲ ਚਟਨੀ ਹੁਣ ਆ ਗਈ ਹੈ ਜੋ ਇਹਦੇ ਉੱਤੇ ਪੈ ਰਹੀ ਆ ਪੀਜ਼ਾ ਸੋਸ ਆ ਜੀ ਅਤੇ ਜੋ ਇਹਨਾਂ ਨੇ ਖੁਦ ਪ੍ਰੈਪੇਅਰ ਕੀਤੀ ਹੋਈ ਹੈ ਜੀ ਅਤੇ ਆ ਗਈ ਆ ਜੀ ਮਿਓਨੀਸ ਸੋਸ ਇਹਨਾਂ ਦੀ ਕਿਆ ਬਾਤ ਹੈ ਕਿਆ ਬਾਤ ਹੈ ਜੀ ਅਤੇ ਦੋਸਤੋ ਚਟਨੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਵਾਦ ਅਨੁਸਾਰ ਹੁਣ ਇਹਦੇ ਉੱਤੇ ਮੈਂ ਕਿਹਾ ਚਟਪਟਾ ਮਸਾਲਾ ਪਾਤਾ ਅਤੇ ਨਾਲ ਚੋ ਵੈਜੀਟੇਬਲਸ ਪਾਤੀਆਂ ਜੀ ਅਤੇ ਆਹ ਦੇਖੋ ਕਿਆ ਬਾਤ ਹੈ ਜੀ ਬੱਲੇ 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 ਚੀਜ਼ ਪੈ ਗਿਆ ਹੁਣ ਅਤੇ ਦੋਸਤੋ ਇੱਕਦਮ ਜੋ ਇਹਦੀ ਪ੍ਰੈਜੈਂਟੇਸ਼ਨ ਨਾ ਪੀਜ਼ੇ ਵਰਗੀ ਇਹਨਾਂ ਨੇ ਕਰ ਦਿੱਤੀ ਹੈਗੀ ਆ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਅਤੇ ਦੋਸਤੋ ਹੁਣ ਸਾਡੀ ਵਾਰੀ ਆਉਂਦੀ ਜੀ ਇਹਨੂੰ ਵੈਲਡਿੰਗ ਕਰਨ ਦੀ ਅਤੇ ਆਪਣੀ ਵੈਲਡਿੰਗ ਟੋਰਚ ਵੀ ਹਾਜ਼ਰ ਆ ਕਿਆ ਬਾਤ ਹੈ ਜੀ ਦੇਖੋ ਚੀਜ਼ ਜੋ ਹੈਗਾ ਇੱਕਦਮ ਮੈਲਟ ਹੋ ਗਿਆ ਜੀ ਕਿਆ ਬਾਤ ਹੈ ਮੂੰਹ 'ਚ ਪਾਣੀ ਆ ਗਿਆ ਇਹਨੂੰ ਦੇਖ ਕੇ ਜੀ ਜੇ ਤੁਹਾਡੇ ਮੂੰਹ 'ਚ ਵੀ ਪਾਣੀ ਆ ਗਿਆ ਤਾਂ ਨੀਚੇ ਕਮੈਂਟ ਕਰ ਦਿਓ ਯਾਰ ਅਤੇ ਇੱਥੇ ਆ ਕੇ ਯਾਰ ਇੱਕ ਵਾਰ ਜ਼ਰੂਰ ਟੇਸਟ ਕਰੋ ਇਸ ਚੀਲੇ ਨੂੰ ਆਹ ਦੇਖੋ ਜੀ ਸਟਫਿੰਗ ਕਿਆ ਬਾਤ ਹੈ ਜੀ ਅਤੇ ਜੀ ਟੇਸਟ ਕਰਦੇ ਹੁਣ ਫਸਟ ਬਾਈਟ ਲੈਂਦੇ ਹਾਂ ਕਮਾਲ ਆ ਯਾਰ ਟੇਸਟ ਤਾਂ ਬਾਕੀ ਦੋਸਤੋ ਕਮਾਲ ਦਾ ਹੈਗਾ ਨਾਲ ਜਿਹੜੀ ਚਟਨੀ ਦਿੱਤੀ ਅਮਚੂਰ ਦੀ ਚਟਨੀ ਦਿੱਤੀ ਆ ਖੱਟਾ ਮਿੱਟਾ ਜੋ ਟੇਸਟ ਆ ਰਿਹਾ ਕਮਾਲ ਦਾ ਅਤੇ ਮੋਜ਼ਰੇਲਾ ਚੀਜ਼ ਦਾ ਤਾਂ ਫਲੇਵਰ ਹੀ ਅਨੋਖਾ ਇਹਦੇ ਵਿੱਚ ਹੁਣ ਦੋਸਤੋ ਵਾਰੀ ਆਉਂਦੀ ਪਾਨ ਪੱਤਾ ਚਾਟ ਦੀ ਅਤੇ ਆਹ ਪੈ ਗਈ ਪੁਦੀਨਾ ਚਟਨੀ ਅਤੇ ਅਮਚੂਰ ਚਟਨੀ ਅਤੇ ਮਾਈ ਫੇਵਰੇਟ ਦਹੀਂ ਕਿਆ ਬਾਤ ਹੈ ਜੀ ਆਹ ਦੇਖੋ ਪਾਨ ਪੱਤਾ ਚਾਟ ਇਹ ਬਿਲਕੁਲ ਇੱਕਦਮ ਕ੍ਰਿਸਪੀ ਕ੍ਰਿਸਪੀ ਹੈਗਾ ਜੀ ਦੇਖੋ ਜੀ ਇਸ 'ਚ ਭੁਜੀਆ ਵੀ ਪਿਆ ਹੋਇਆ ਜੀ ਇਸ 'ਚ ਇਹ ਦੇਖੋ ਜੀ ਸੌਖੀ ਵੀ ਪਈ ਹੋਈ ਹੈ ਅਤੇ ਚਟਨੀਆਂ ਪਈਆਂ ਹੋਈਆਂ ਜੀ ਤਿੰਨ ਤਰ੍ਹਾਂ ਦੀਆਂ ਹੁਣ ਇਹਨੂੰ ਟੇਸਟ ਕਰਕੇ ਦੇਖੀਏ ਬਿਲਕੁਲ 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 ਕ੍ਰਿਸਪੀ ਦੇ ਫਲੇਵਰਡ ਬਹੁਤ ਨਾਈਸ ਟੇਸਟ ਤਾਂ ਬਹੁਤ ਅੱਛਾ ਫਲੇਵਰ ਵੀ ਬਹੁਤ ਅੱਛਾ ਕ੍ਰਿਸਪੀਨੈਸ ਬਹੁਤ ਜ਼ਿਆਦਾ ਔਰ ਸੌਗੀ ਪਾਈ ਹੋਈ ਹੈ ਭੁਜੀਆ ਪਾਇਆ ਹੋਇਆ ਜਿਹੜਾ ਇਹ ਸੇਮੀਆਂ ਦਾ ਭੁਜੀਆ ਦਹੀਂ ਪਾਇਆ ਚਟਨੀ ਪਾਈ ਹੈ ਅਮਚੂਰ ਦੀ ਚਟਨੀ ਜਿਹੜੀ ਇਹਨਾਂ ਦੀ ਖਾਸ ਹੈ ਨਾਲ ਹਰੀ ਚਟਨੀ ਪਾਈ ਹੋਈ ਹੈ ਸੋ ਟੇਸਟ ਐਂਡ ਫਲੇਵਰ ਇਜ਼ ਵੈਰੀ ਗੁੱਡ ਅਤੇ ਵੀਰ ਜੀ ਤੁਸੀਂ ਟਿੱਕੀਆਂ ਵੀ ਕਈ ਸ਼ਹਿਰਾਂ ਦੀ ਅਤੇ ਕਈ ਸ਼ਹਿਰਾਂ ਦੀ ਮਸ਼ਹੂਰ ਵੀ ਹੈ ਖਾਧੀਆਂ ਨੇ ਮਗਰ ਅੰਬਾਲੇ ਵਾਲੀ ਜਿਹੜੀ ਟਿੱਕੀ ਉਹ ਬਹੁਤ ਅਲੱਗ ਹੀ ਹੈਗੀ ਹੈ ਹਾਂਜੀ ਵੀਰ ਜੀ ਜਿਹੜੀ ਅੰਬਾਲੇ ਵਾਲੀ ਟਿੱਕੀ ਹੁੰਦੀ ਹੈ ਨਾ ਉਹਨੂੰ ਅਸੀਂ ਟਿੱਕੀ ਨੂੰ ਪੂਰੀ ਤਰ੍ਹਾਂ ਉਹਨੂੰ ਉੱਪਰੋਂ ਦਬਾਉਂਦੇ ਹਾਂ ਜਿਹਦੇ ਨਾਲ
ਉਹ ਸਾਈਡਾਂ ਤੋਂ ਪੂਰੀ ਤਰ੍ਹਾਂ ਕ੍ਰੈਸ਼ ਹੋ ਜਾਂਦੀ ਹੈ ਅਤੇ ਉਹ ਘੀ ਅੰਦਰ ਤੱਕ ਲੱਗਦਾ ਅਤੇ ਉਹ ਪੂਰੀ ਤਰ੍ਹਾਂ ਸਿੱਕਦੀ ਹੈ ਅਤੇ ਜਦੋਂ ਟਿੱਕੀ ਬਣਨ ਤੋਂ ਬਾਅਦ ਅਸੀਂ ਉਹਨੂੰ ਦੋਨੋਂ ਖੋਲ੍ਹਦੇ ਹਾਂ ਕਿ ਐਵੇਂ ਲੱਗਦਾ ਕਿ ਇੱਕ ਸਿੰਗਲ ਟਿੱਕੀ ਡਬਲ ਦੇ ਬਰਾਬਰ ਲੱਗਦੀ ਹੈ। ਟਿੱਕੀ ਦਾ ਵੀ ਇੱਕ ਵੱਖਰਾ ਜਿਹੜਾ ਕਿਉਂਕਿ ਉਹਦੇ 'ਚ ਬਿਲਕੁਲ ਅਮਚੂਰ ਦੀ ਜਦੋਂ ਚਟਨੀ ਦਾ ਟੇਸਟ ਪੈਂਦਾ ਹੈ, ਦਹੀਂ ਦਾ ਪੈਂਦਾ, ਆਪਣਾ ਹੀ ਉਹਦਾ ਫਲੇਵਰ ਵੱਖਰਾ ਹੀ ਬਣ ਜਾਂਦਾ ਹੈ। ਅੰਬਾਲੇ ਦੀ ਟਿੱਕੀ ਦਾ ਮੁਕਾਬਲਾ ਤਾਂ ਸਰ ਕੋਈ ਵੀ ਨਹੀਂ ਕਰ ਸਕਦਾ। ਹਾਂਜੀ ਵੀਰ ਜੀ, ਅਤੇ ਉਹਦਾ ਖਾਣ ਦਾ ਸਵਾਦ ਹੀ ਵੱਖਰਾ ਹੋ ਜਾਂਦਾ, ਇਸ ਵਾਸਤੇ ਅੰਬਾਲੇ ਵਾਲੀ ਟਿੱਕੀ ਬਹੁਤ ਮਸ਼ਹੂਰ ਹੈ। ਮੈਂ ਜੀ ਇਹਨਾਂ ਦੀ ਦੇਸੀ ਘਿਓ ਦੀ ਸਪੈਸ਼ਲ ਟਿੱਕੀ ਟੇਸਟ ਕਰਾਂਗਾ। ਬਿਲਕੁਲ ਸ਼ੋਰ, ਟੈਕਸਚਰ ਇਜ਼ ਵੈਰੀ ਗੁੱਡ। ਆਮ ਟਿੱਕੀਆਂ ਨਾਲੋਂ ਕੀ ਚਾਹ ਨੂੰ ਚੇਂਜ ਲੱਗਦਾ? ਵੇਖੋ ਜੀ, ਤਾਂ ਦੇਸੀ ਘਿਓ ਦੀ ਟਿੱਕੀ ਹੈ। ਹਾਂਜੀ, ਉਹ ਸਾਰੀ ਟਿੱਕੀਆਂ ਨੂੰ ਬੈਸਟ ਕਰ ਦਿੰਦੀ ਹੈ। ਹਾਂਜੀ, ਕ੍ਰਿਸਪੀ ਬਹੁਤ ਜ਼ਿਆਦਾ, ਔਰ ਕ੍ਰਿਸਪੀ ਹੋਣ ਦੇ ਬਾਵਜੂਦ ਆਪਣੇ ਜੰਮਣ ਨਾਲ ਆਰਾਮ ਨਾਲ ਟੁੱਟ ਰਹੀ ਹੈ ਕਿਉਂਕਿ ਪਲਾਸਟਿਕ ਦੇ, ਔਰ ਪਿਆਜ਼ ਪਾਇਆ ਹੋਇਆ ਜੀ, ਮਹਿੰਗੀ ਚੀਜ਼ ਹੈ, ਸਭ ਤੋਂ ਪਹਿਲਾਂ ਤਾਂ ਉਹ ਪਾਇਆ ਹੋਇਆ ਜੀ, ਨਾਲ ਸੌਗੀ ਪਾਈ ਹੋਈ ਹੈ ਇਹਨਾਂ ਨੇ, ਔਰ ਮਸਾਲੇ ਪਾਏ ਹੋਏ ਹੈ, ਦਹੀਂ ਹੈ, ਹਰੀ ਚਟਨੀ ਔਰ ਮਿੱਠੀ ਚਟਨੀ ਰੈੱਡ ਵਾਲੀ ਉਹ ਪਾਈ ਹੋਈ ਹੈ। ਔਰ ਇਹਦੇ 'ਚ ਮੈਂ ਦੇਖ ਰਿਹਾ, ਦੇਖੋ ਇਹ ਦਾਲ ਵੀ ਹੈ ਇਹਦੇ 'ਚ, ਇਹ ਦੇਖੋ ਟਿੱਕੀ ਦੇ ਵਿੱਚ ਇਹ ਦਾਲ ਵੀ ਹੈ, ਇਹ ਦਿਖਾਓ ਵੀਵਰਸ ਨੂੰ, ਇਹ ਦੇਖੋ ਜੀ, ਇਹ ਤੁਸੀਂ ਦਾਲ ਦੀ ਫਿਲਿੰਗ ਕਰਦੇ ਹੋ ਸਰ? ਦਾਲ ਹੈ, ਮਟਰ ਹੈ, ਦਾਲ ਅਤੇ ਮਟਰ, ਗ੍ਰੇਟ। ਅੰਬਾਲੇ ਵਾਲੀ ਚਾਟ ਬਹੁਤ ਮਸ਼ਹੂਰ ਹੈ, ਤੁਸੀਂ ਕਈ ਚਾਟਾਂ ਖਾਈਆਂ ਹੋਣੀਆਂ, ਮਗਰ ਅੰਬਾਲੇ ਵਾਲੀ ਦਾ ਨਜ਼ਾਰਾ ਹੀ ਕੋਈ ਵੱਖਰਾ ਹੈ। ਉਹਦੀ ਚਾਟ ਦੀ ਇੱਕ ਖਾਸੀਅਤ ਇਹ ਹੈ ਕਿ ਉਹਦੀ ਚਟਨੀ, ਜੋ ਉਹਦੀ ਚਟਨੀ ਹੈਗੀ ਅਮਚੂਰ ਦੀ ਬਣਦੀ ਹੈ, ਠੀਕ ਹੈ, ਅਤੇ ਸਾਡਾ ਦਹੀਂ ਵੀ ਇੱਕ ਸਪੈਸ਼ਲ ਅਸੀਂ ਆਪ ਤਿਆਰ ਕਰਦੇ ਹਾਂ। ਸਾਰਾ ਵੇਰਕਾ ਦਾ ਦਹੀਂ ਯੂਜ਼ ਕਰੀਦਾ, ਮਗਰ ਉਹਨੂੰ ਪੂਰੀ ਤਰ੍ਹਾਂ ਦੁਬਾਰਾ ਤੋਂ ਅਸੀਂ ਤਿਆਰ ਕਰਨਾ ਪੈਂਦਾ, ਉਹਦਾ ਪਾਣੀ ਸਾਰਾ ਕੱਢਣਾ ਪੈਂਦਾ, ਉਹਦਾ ਖੱਟਾਪਣ ਕੱਢਣਾ ਪੈਂਦਾ, ਅਤੇ ਚਾਟ ਦੇ ਵਿੱਚ ਜਦੋਂ ਅਮਚੂਰ ਦੀ ਚਟਨੀ ਦਾ ਟੇਸਟ ਜਦੋਂ ਜਾਂਦਾ ਹੈ, ਉਹ ਚਾਟ ਬਿਲਕੁਲ ਵੱਖਰੀ ਵਧੀਆ ਤਿਆਰ ਹੁੰਦੀ ਹੈ ਅਤੇ ਉਹਦਾ ਖਾਣ ਦਾ ਸਵਾਦ ਹੀ ਕੁਝ ਵੱਖਰਾ ਆਉਂਦਾ, ਇਸ ਵਾਸਤੇ ਅੰਬਾਲੇ ਵਾਲੀ ਚਾਟ ਬਹੁਤ ਮਸ਼ਹੂਰ ਹੈ। ਤੇ ਟੇਸਟ ਕਰਦੇ ਹੁਣ ਅਸੀਂ ਆਪਣਾ ਇਹਨਾਂ ਦੀ ਆ ਕਿਹੜੀ ਹੈ ਭੱਲਾ ਚਾਟ। ਭੱਲਾ ਚਾਟ ਵਿੱਚ ਇਹਨਾਂ ਨੇ ਉੱਪਰ ਆ ਦੇਖੋ ਜੀ ਅਦਰਕ ਪਾਇਆ ਜੀ, ਕਮਾਲ ਆ ਜੀ, ਕਮਾਲ ਆ ਜੀ, ਭੱਲਾ ਵੀ ਇੱਕਦਮ ਸੋਫਟ ਆ ਜੀ, ਅਤੇ ਪਾਪੜੀ ਲਈਏ ਥੋੜ੍ਹੀ, ਅਦਰਕ ਨੇ ਤਾਂ ਨਜ਼ਾਰੇ ਬਣਤੇ ਯਾਰ, ਦਾਲ ਮਟਰ ਕਾਜੂ ਗੁੱਡ ਹੈ, ਬਹੁਤ ਟੇਸਟੀ ਹੈ। ਆਰਡਰ ਨੂੰ ਆ ਚੀਜ਼ਾਂ ਤੇ ਅਸੀਂ ਟੇਸਟ ਕਰ ਲਈਆਂ ਭਾਜੀ, ਵਧੀਆ ਸੀ ਨਾ? ਬਹੁਤ ਵਧੀਆ ਸੀ, ਹੁਣ ਗੋਲਗੱਪੇ ਵੱਲ ਚੱਲਦੇ ਹਾਂ, ਖਤਮ ਕਰੀਏ ਫਿਰ। ਹਾਂਜੀ ਹਾਂ, ਤੇ ਵੀਡੀਓ ਜ਼ਿਆਦਾ ਲੰਬੀ ਨਾ ਕਰੀਏ, ਹੁਣ ਤੁਹਾਨੂੰ ਗੋਲਗੱਪੇ ਸੈਕਸ਼ਨ ਦਿਖਾਉਂਦੇ ਕੀ ਕੀ ਆ ਕੇ ਪੌਦੇ ਭਾਜੀ। ਵੀਰ ਜੀ, ਗੋਲਗੱਪੇ ਤਾਂ ਤੁਸੀਂ ਬਹੁਤ ਤਰ੍ਹਾਂ ਦੇ ਖਾਧੇ ਹੋਣੇ, ਮਗਰ ਅੰਬਾਲੇ ਵਾਲੇ ਗੋਲਗੱਪਿਆਂ ਦੀ ਇੱਕ ਸਵਾਦ ਹੀ ਵੱਖਰਾ ਹੈ। ਨੰਬਰ 1 'ਤੇ ਅਸੀਂ ਫਿਲਟਰ ਵਾਲਾ ਪਾਣੀ ਯੂਜ਼ ਕਰਦੇ ਹਾਂ, ਨੰਬਰ 2 'ਤੇ ਅਸੀਂ ਬਰਫ਼ ਬਿਲਕੁਲ ਨਹੀਂ ਪਾਣੀ 'ਚ ਪਾਉਂਦੇ, ਉਹ ਸਾਡੇ ਢੋਲ 'ਚ ਹੁੰਦੀ ਹੈ। ਬਿੰਦਾ ਚਾਟ ਭੰਡਾਰ ਦੀ ਮੇਨ ਦੁਕਾਨ 'ਚ ਖਾਸੀਅਤ ਇੱਕੋ ਹੀ ਹੈ, ਉਹਦਾ ਪਾਣੀ ਜੋ ਦੀ ਮੇਨ ਗਰਦਨ ਮੰਨੀ ਜਾਂਦੀ ਹੈ। ਕਈ ਤਰ੍ਹਾਂ ਦਾ ਪਾਣੀ ਇਸ ਦੁਕਾਨ 'ਚ ਬਣਾਇਆ ਜਾਂਦਾ ਹੈ, ਜਿਵੇਂ ਆਲੂ ਬੁਖਾਰੇ ਦਾ ਪਾਣੀ, ਮੈਂਗੋ ਪਾਣੀ, ਸਟੋਬਰੀ ਦਾ ਪਾਣੀ, ਖਜੂਰ ਦਾ ਪਾਣੀ, ਨਾਰੀਅਲ ਪਾਣੀ, ਕਰੰਟ, ਹੋਰ ਕਈ ਤਰ੍ਹਾਂ ਦੇ ਫਰੂਟ ਜਿਹੜੇ ਹੈਗੇ ਆ, ਉਹ ਸਾਰੇ ਤਰ੍ਹਾਂ ਦਾ ਪਾਣੀ ਬਣਾਇਆ ਜਾਂਦਾ ਹੈ। ਫਰੂਟ ਦਾ ਪਾਣੀ ਸਰ ਡੇ ਬਾਈ ਡੇ ਡੇਲੀ ਚੇਂਜ ਹੁੰਦਾ ਹੈ, ਕੋਈ ਦਿਨ ਨਹੀਂ ਹੈਗਾ ਕਿ ਅੱਜ ਇਹ ਵਾਲਾ ਪਾਣੀ ਬਣਨਾ ਹੈ ਜਾਂ ਕੱਲ੍ਹ ਉਹ ਵਾਲਾ ਬਣਨਾ ਹੈ, ਕੋਈ ਉਹਦਾ ਅਸੀਂ ਡੇ ਨਹੀਂ ਰੱਖਿਆ ਹੋਇਆ। ਜਿਹੜਾ ਸਾਡਾ ਦਿਲ ਕਰਦਾ ਅਸੀਂ ਜਾਂਦੇ ਹਾਂ ਸਵੇਰੇ, ਜਾਣੂ ਲੱਗਦਾ ਸਾਨੂੰ ਫਰੂਟ ਫਰੈਸ਼ ਜਿਹੜਾ ਸਾਨੂੰ ਵਧੀਆ ਲੱਗਦਾ ਅਸੀਂ ਉਹਦਾ ਪਾਣੀ ਬਣਾ ਦਿੰਦੇ ਹਾਂ। ਹਾਂਜੀ, ਅਤੇ ਭਾਅ ਜੀ ਜਿਹੜੇ ਆਲੂ ਦੀ ਜਿਹੜੀ ਤੁਸੀਂ ਆ ਸਟਫਿੰਗ ਬਣਾਈ ਹੈ, ਇਹਦੇ ਵਿੱਚ ਕੀ ਪਾਇਆ ਜੀ? ਆਲੂ ਦੇ ਵਿੱਚ ਅਸੀਂ ਪੁਦੀਨਾ ਪਾਇਆ, ਪੁਦੀਨੇ ਵਾਲੀ ਚਟਨੀ, ਅਤੇ ਦੇਖ ਸਕਦੇ ਹੋ ਪੁਦੀਨੇ ਵਾਲੀ ਚਟਨੀ ਇਹਨਾਂ ਨੇ ਆਲੂ ਵਿੱਚ ਪਾ ਕੇ ਮਿਕਸ ਕਰ ਲਈ ਆ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਲੈਂਦੇ ਹਾਂ ਜੀ, ਆਹ ਦੇਖੋ ਨਾਰੀਅਲ ਦਾ ਪਾਣੀ, ਸ਼ੁਰੂਆਤ ਹੁੰਦੀ ਨਾਰੀਅਲ ਦੇ ਪਾਣੀ ਤੋਂ, ਅਤੇ ਮੇਰੇ ਖਿਆਲ ਇਹ ਤੁਸੀਂ ਜਿਹੜਾ ਸੁੱਕਾ ਨਾਰੀਅਲ ਆ ਉਹਦਾ ਬਣਾਇਆ ਜੀ ਜਾਂ ਦੂਜਾ ਨਾਰੀਅਲ? ਦੋਨੋਂ ਮਿਕਸ ਪੈਂਦੇ ਆ। ਜੋ ਨਾਰੀਅਲ ਵਾਲਾ ਪਾਣੀ ਸੀਗਾ ਬਹੁਤ ਵਧੀਆ ਸੀਗਾ, ਜੋ ਮਿਠਾਸ ਸੀ ਮੈਂ ਕਿਹਾ ਤੁਹਾਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦੇ। ਅਤੇ ਹੁਣ ਦੂਜਾ ਸਾਡੇ ਕੋਲ ਆ ਗਿਆ ਜੀ ਖਜੂਰ ਵਾਲਾ ਪਾਣੀ, ਆਹ ਦੇਖੋ ਜੀ ਕਿਆ ਬਾਤ ਹੈ, ਹੁਣ
ਗੋਲ ਗੱਪੇ ਵੀ ਬੜੇ ਸਪੈਸ਼ਲ ਨੇ, ਇੱਕਦਮ ਕ੍ਰਿਸਪੀ ਨੇ। ਭਾਜੀ ਦੱਸ ਰਹੇ ਸੀਗੇ ਕਿ ਜਿਹੜੇ ਗੋਲ ਗੱਪੇ ਆ ਸਪੈਸ਼ਲ ਅੰਬਾਲੇ ਤੋਂ ਹੀ ਤਿਆਰ ਹੋ ਕੇ ਆ ਰਹੇ ਨੇ ਇੱਥੇ, ਅਤੇ ਇੱਥੇ ਕੋਈ ਲੋਕਲ ਬ੍ਰਾਂਡ ਤੋਂ ਨਹੀਂ ਬਣਵਾ ਰਹੇ, ਵਧੀਆ ਆਪਣਾ ਆਟਾ ਦੇਖ ਕੇ ਪਿਸਵਾ ਕੇ ਬਣਵਾ ਰਹੇ ਆ। ਹੁਣ ਵਾਰੀ ਆ ਜੀ ਸਾਡੇ ਕੋਲ ਅੰਗੂਰ ਦੇ ਪਾਣੀ ਦੀ, ਕਿਆ ਬਾਤ ਹੈ ਜੀ ਅੰਗੂਰ ਵਾਲੇ ਪਾਣੀ। ਲੋ ਜੀ ਦੋਸਤੋ, ਬਲੈਕ ਗ੍ਰੇਵ ਵਾਲੇ ਪਾਣੀ ਵਾਲੇ ਗੋਲ ਗੱਪੇ ਆ ਚੁੱਕੇ ਆ ਜੀ, ਅਤੇ ਟੇਸਟ ਕਰਦੇ ਹਾਂ ਜੀ। ਕਮਾਲ, ਨੋ ਵਰਡਸ। ਲਓ ਜੀ ਹੁਣ ਵੱਜਣ ਵਾਲਾ ਕਰੰਟ, ਜਿੰਨੇ ਨਹੀਂ ਖਾਧਾ ਉਹ ਆ ਕੇ ਖਾਓ, ਕਿਉਂ ਭਾਜੀ? ਕਮਾਲ। ਆਹ ਦੇਖੋ ਜੀ ਧਮਾਕਾ ਐਟਮ ਬੰਬ ਇਹਨਾਂ ਦਾ ਆ ਚੁੱਕਾ ਗੋਲ ਗੱਪਾ। ਕਮਾਲ ਆ, ਕਮਾਲ ਆ ਯਾਰ, ਨੋ ਵਰਡਸ। ਮੂੰਹ 'ਚ ਜਾ ਕੇ ਇੱਕਦਮ ਧਮਾਕਾ ਫੁੱਟ ਗਿਆ, ਅਤੇ ਨਾਲ ਜੋ ਉਹਨਾਂ ਦਹੀਂ ਦਾ ਫਲੇਵਰ ਮੂੰਹ 'ਚ ਘੋਲ ਚੁੱਕਿਆ। ਬਹੁਤ ਸਾਰੇ ਫਲੇਵਰ ਹੈਗੇ ਇਹਨਾਂ ਤੋਂ, ਹਰ ਰੋਜ਼ ਫਲੇਵਰ ਚੇਂਜ ਹੁੰਦਾ ਰਹਿੰਦਾ, ਮੈਂ ਸਾਰੇ ਫਲੇਵਰ ਤਾਂ ਨਹੀਂ ਟੇਸਟ ਕਰ ਸਕਦਾ, ਬਟ ਜਿੰਨੇ ਮੈਂ ਟੇਸਟ ਕੀਤੇ ਬਹੁਤ ਵਧੀਆ। ਮੈਂ ਅੱਜ ਦੁਕਾਨ 'ਤੇ ਦੋ ਬੰਦਿਆਂ ਦੀ ਬਦੌਲਤ ਇੱਥੇ ਹੈਗਾ ਵਾਂ। ਇੱਕ ਹੈਗਾ ਮੇਰਾ ਬ੍ਰਦਰ ਜੋ ਇਸ ਦੁਨੀਆ 'ਚ ਹੁਣ ਨਹੀਂ ਹੈਗੇ, ਜਿਨ੍ਹਾਂ ਨੂੰ ਮੈਂ ਸਭ ਤੋਂ ਜ਼ਿਆਦਾ ਜ਼ਿੰਦਗੀ ਦੇ ਵਿੱਚ ਆਪਣਾ ਉਹਨਾਂ ਨੂੰ ਖੂਬ ਸਾਥ ਦਿੱਤਾ। ਦੂਜੇ ਨੰਬਰ 'ਤੇ ਮੇਰੇ ਫਾਦਰ ਲਾ, ਜਿਨ੍ਹਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਬਹੁਤ ਸਪੋਰਟ ਕੀਤੀ। ਸਪੋਰਟ ਮੇਰੀ ਸਾਰਿਆਂ ਨੇ ਕੀਤੀ ਹੈ, ਮੇਰੇ ਭਾਬੀ ਹਾਲੇ ਵੀ ਮੇਰੀ ਸਪੋਰਟ ਕਰਦੇ ਆ, ਮਗਰ ਮੇਰੇ ਵੀਰੇ ਦੀ ਗੱਲ ਹੀ ਵੱਖਰੀ ਸੀ। ਉਹਨਾਂ ਨੂੰ ਮੈਂ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈ, ਮੈਂ ਉਹਨਾਂ ਬਾਰੇ ਬਿਆਨ ਕਰ ਸਕਦਾ। ਅਤੇ ਮੇਰੇ ਫਾਦਰ ਲਾ, ਮੇਰੇ ਹੁਣ ਰੀੜ ਦੀ ਹੱਡੀ ਬਣੇ ਹੋਏ ਆ, ਜਿਨ੍ਹਾਂ ਬਦੌਲਤ ਮੈਂ ਹੁਣ ਇੱਥੇ ਪਟਿਆਲੇ 'ਚ ਦੁਕਾਨ ਕਰਦਾ ਪਿਆ ਵਾਂ। ਜੇ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਹੋਈ, ਸਭ ਤੋਂ ਪਹਿਲਾਂ ਤਾਂ ਭਾਅ ਜੀ ਦੁਕਾਨ 'ਤੇ ਆ ਕੇ ਨਾ ਗੋਲ ਗੱਪੇ ਟੇਸਟ ਕਰਨੇ, ਅਤੇ ਜੋ ਜੋ ਇੱਥੇ ਬਣਦਾ ਉਹ ਟੇਸਟ ਕਰਨਾ। ਅਤੇ ਭਾਅ ਜੀ ਦੱਸੋ ਲੋਕੇਸ਼ਨ ਕਿੱਥੇ ਆ? ਸਰ ਆਪਣੀ ਲੋਕੇਸ਼ਨ ਹੈਗੀ ਹੈ ਭਾਸ਼ਾ ਭਵਨ ਦੇ ਬੈਕ ਗੇਟ ਤੋਂ ਧੋਬੀਗਾ ਰੋਡ ਜਾ ਰਹੀ ਅੰਦਰ, ਨੀਅਰ ਕਲਗੀਧਰ ਗੁਰਦੁਆਰਾ ਅਤੇ ਕਿਰਪਾਲ ਡੈਰੀ ਦੇ ਕੋਲ ਹੈ। ਅਤੇ ਆਪਣਾ ਜਮੈਟੋ 'ਤੇ ਵੀ ਨਾਲ ਹੈਗਾ ਜੀ, ਅੰਬਾਲਾ ਸਪੈਸ਼ਲ ਬਿੰਦਰਾ ਚਾਟ ਭੰਡਾਰ, ਅੰਬਾਲਾ ਸਪੈਸ਼ਲ ਬਿੰਦਰਾ ਚਾਟ ਭੰਡਾਰ। ਅਤੇ ਇੱਕ ਵਾਰ ਆਓ ਅਤੇ ਇੱਕ ਵਾਰ ਟੇਸਟ ਕਰੋ, ਸਾਨੂੰ ਵਿਊ ਦੱਸੋ। ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਬਾਏ ਬਾਏ ਭਾਅ ਜੀ, ਬਾਏ ਬਾਏ ਕਰ ਦਈਏ, ਬਾਏ ਬਾਏ। ਤੁਸੀਂ ਪਾਣੀ, ਮੈਂ ਆਪਣੇ ਆਪ ਵੀਡੀਓ ਐਡਿਟ ਕਰ ਦੂੰਗਾ, ਥੋੜਾ ਅੱਗੇ ਹੋਇਓ, ਬਸ ਇੰਨੇ ਇੰਨੇ ਅਸੀਂ। ਜੇ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਹੋਈ ਤਾਂ ਸਭ ਤੋਂ ਪਹਿਲਾਂ ਭਾਜੀ ਦੀ ਦੁਕਾਨ, ਜੇ ਤਾਂ ਦੋਸਤੋ ਅਤੇ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਕਹਿਤਾ ਭਾਜੀ ਮੈਂ ਉਹ ਐਡੀਟਿੰਗ ਕਰ ਲੈਣੀ ਆ, ਅਤੇ ਜੇ ਵੀਡੀਓ ਵਧੀਆ